ਪੰਜਾਬੀ ਲੋਕ ਧਾਰਾ ਆਪਣੀ ਧਰਤੀ ਆਪਣੇ ਲੋਕ 2018 ਦੀ ਗੱਲ ਹੈ ਮੈਂ ਉਦੋਂ ਕੈਂਬਰੇਜ ਯੂਨੀਵਰਸਿਟੀ ਵਿੱਚ ਵੇਸਿੰਗ ਸਾਇੰਟਿਸਟ ਕੰਮ ਕਰਦਾ ਸੀਗਾ ਤੇ ਇੱਕ ਦਿਨ ਸਵੇਰ ਵੇਲੇ ਮੈਂ ਆਪਣੇ ਸੁਭਾਅ ਮੁਤਾਬਕ ਸਵੇਰੇ ਸੈਰ ਕਰਦੇ ਰਨਿੰਗ ਕਰ ਰਿਹਾ ਸੀ ਕੈਂਬਰੇਜ ਦੀਆਂ ਸੜਕਾਂ ਦੇ ਉੱਤੇ ਅੱਗੇ ਇੱਕ ਗੋਰਾ ਆਇਆ ਬਜ਼ੁਰਗ ਉਹਦੀ ਉਮਰ ਅੰਦਾਜ਼ਨ ਮੇਰੇ ਖਿਆਲ ਨਾਲ 90 ਸਾਲ ਦੇ ਕਿਤੇ ਅੱਗੜ-ਪਿਛੜ ਤੇ ਉਹ ਦੂਰੋਂ ਹੀ ਮੈਨੂੰ ਦੇਖ ਕੇ ਬੜੀ ਸੋਹਣੀ ਉਹਨੇ ਸਮਾਈਲ ਦਿੱਤੀ ਤੇ ਮੇਰੇ ਕੋਲੋਂ ਲੰਘਿਆ ਬੜਾਈ ਸਲਕਾਰ ਦੇ ਕਿਤੇ ਝੁੱਕ ਕੇ ਮੇਰੇ ਕੋਲੋਂ ਲੰਘ ਗਿਆ ਤੇ ਜਦੋਂ ਮੇਰੇ ਕੋਲ ਲੰਘਿਆ ਮੈਂ ਪਿਛਾ ਮੁੜ ਕੇ ਦੇਖਿਆ ਮੈਂ ਕਿਹਾ ਸ਼ਾਇਦ ਮੈਨੂੰ ਜਾਣਦਾ ਹੋਵੇ ਤੇ ਰੁਕੂਗਾ ਉਹ ਉਹ ਬਜ਼ੁਰਗ ਨੇ ਕੁਝ ਨਹੀਂ ਦੇਖਿਆ ਤੇ ਗਾਹਾਂ ਲੰਘ ਤੁਰਿਆ ਮੈਂ ਬੜਾ ਹੈਰਾਨ ਵੀ ਯਾਰੀ ਇਹ ਬੰਦਾ ਬੜਾ ਸਤਕਾਰ ਦੇ ਕੇ ਲੰਘਿਆ ਤੇ ਹੈ ਕੌਣ ਸੀ ਨੈਕਸਟ ਡੇ ਫਿਰ ਉਹੀ ਪਾਣਾ ਵਰਤਿਆ ਉਹ ਬਜ਼ੁਰਗ ਗੋਰਾ ਫੇਰ ਆਇਆ ਤੇ ਉਹਨੇ ਮੈਨੂੰ ਉਸੇ ਥਾਂ ਤੇ ਅਸੀਂ ਮਿਲੇ ਉਹਦੇ ਅੱਗੇ ਪਿੱਛੇ ਤੇ ਉਹਨੇ ਫਿਰ ਉਦਾਂ ਦਾ ਹੀ ਬੜੀ ਮਿੱਠੀ ਸਮਾਈਲ ਤੇ ਬੜਾ ਝੁੱਕ ਕੇ ਲੰਘਿਆ ਇਹ ਕੰਮ 3-4 ਦਿਨ ਚੱਲਦਾ ਰਿਹਾ ਉਦੋਂ ਬਾਅਦ ਸੰਡੇ ਆ ਗਿਆ ਤੇ ਮੈਂ ਉਸ ਦਿਨ ਕੀ ਕੀਤਾ ਮੈਂ ਫਿਰ ਚਿਰੋਂ ਉਹ ਬਜ਼ੁਰਗ ਸਾਹਮਣੇੋਂ ਭੱਜੇ ਆ ਰਿਹਾ ਮੈਂ ਕਿਹਾ ਅੱਜ ਨੂੰ ਰੋਕ ਹੀ ਲਈਏ ਭਰਾ ਤੂੰ ਇੰਨਾ ਪਿਆਰ ਸਤਿਕਾਰ ਦਿੰਦਾ ਹੈ ਨਮਸਕਾਰ ਕਰਕੇ ਜਾਨਾ ਤੇ ਇਹ ਇੱਕ ਕਹਾਣੀ ਹੈ ਕਿ ਮੈਂ ਤੈਨੂੰ ਪਛਾਣ ਨਹੀਂ ਪਾਰਿਆ ਚਾਰ ਪੰਜ ਦਿਨ ਹੋ ਗਏ ਤੇ ਤੂੰ ਕੌਣ ਹੈ ਤੇ ਆਪਣਾ ਕੀ ਸਾਡਾ ਕੋਈ ਸਬੰਧ ਹੈ ਸਾਡੀ ਕੋਈ ਜਾਣ ਪਹਿਚਾਣ ਹੈ ਮੈਂ ਹੱਥ ਕਰਕੇ ਖੜ ਗਿਆ ਉਹਨੇ ਆ ਕੇ ਆਪਣੇ ਹੱਥ ਮੇਰੇਆਂ ਜ਼ੋਰ ਦੀ ਮਾਰੇ ਕਹਿੰਦਾ ਚੀਓ ਬੜਾ ਖੁਸ਼ ਤੇ ਮੈਂ ਕਿਹਾ ਸਰ ਇਫ ਯੂ ਹੈਵ ਸਮ ਟਾਈਮ ਆਈ ਵਾਂਟ ਟੂ ਸੈਟ ਵਿਦ ਯੂ ਸੋ ਕਹਿੰਦਾ ਆਈ ਐਮ ਫਰੀ ਟੋਟਲੀ ਫਰੀ ਇਮੀ ਡਾਕਟਰ ਕੰਗ ਬੋਲਦੇ ਨੇ ਇਹਦੀ ਆਵਾਜ਼ ਵਾਂਗੂ ਇਹ ਵੀ ਉੱਥੇ ਪੜੇ ਨੇ ਇਹਦੀ ਆਵਾਜ਼ ਬੜਾ ਠਰਮਾ ਤੇ ਸਹਿਜ ਜਿਹਾ ਇਦਾਂ ਦੀ ਆਵਾਜ਼ ਬਟ ਟੋਟਲੀ ਫ੍ਰੀ ਅਸੀਂ ਉਹ ਕੈਮਬ੍ਰਿਜ ਦੀ ਸੜਕਾਂ ਤੇ ਉਹ ਬਾਗਿਚੇ ਦੇ ਸਾਈਡ ਤੇ ਬੈਠ ਕੇ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਬੜੀਆਂ ਲੰਮੀਆਂ ਗੱਲਾਂ ਕੀਤੀਆਂ ਮੈਂ ਮੈਨੂੰ ਸਮਾਂ ਨਹੀਂ ਮਿਲ ਰਿਹਾ ਮੈਂ ਉਹਦੇ ਉੱਤੇ ਭਾਵੇਂ ਇੱਕ ਛੋਟਾ ਕਿਤਾਬਚਾ ਹੀ ਲਿਖ ਦਵਾਂ ਬੜਾ ਕੁਝ ਮੈਨੂੰ ਤਾਂ ਸਿੱਖਣ ਨੂੰ ਮਿਲਿਆ ਪਰ ਮੈਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਹਿਲਾ ਸਵਾਲ ਮੈਂ ਕੀਤਾ ਮੈਂ ਕਿ ਸਰ ਤੁਸੀਂ ਮੈਨੂੰ ਰੋਜ਼ ਸਲੂਟ ਕਰਕੇ ਸਲਾਮ ਕਰਕੇ ਲੰਘਦੇ ਹੋ ਕਾਰਨ ਕੀ ਹੈ ਆਈ ਡੋ i have read the history of turban i have great salute for Go, guru gobind singh turban of guru gobind singh kamaal dikay kai gallan <laughs> hoyian dooja sawal ਮੈਂ ਕਿੱਸ ਸਰ ਮੈਂ ਕੈਂਬਰਿਜ ਵਿੱਚ ਪੜਾਉਣਾ ਤਿੰਨ ਮਹੀਨੇ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ ਮੈਂ ਆਈ ਐਮ ਹਾਈਲੀ ਇਮਪ੍ਰੈਸਡ ਤੁਹਾਡੇ ਚ ਬਹੁਤ ਸਾਡੇ ਡਾਕਟਰ ਆਲਖ ਨੇ ਡਾਕਟਰ ਸ਼ਰ ਗੁਰਸ਼ਰਨ ਸਿੰਘ ਮંચ ਤੇ ਬੈਠਿਆ ਦੁਨੀਆਂ 'ਚ ਇਹਨਾਂ ਨੇ ਕੰਮ ਕੀਤੇ ਡਾਕਟਰ ਇੰਦਰਜੀਤ ਸਿੰਘ ਬੜੇ ਵੱਡੇ ਵਿਗਿਆਨੀ ਨੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ ਮੈਂ ਕਹਿੰਦਾ ਥੋੜਾ ਕੈਂਬਰਿਜ ਦਾ ਪੜ੍ਹਾਈ ਦਾ ਐਜੂਕੇਸ਼ਨ ਦਾ ਡਿਸਪੀਲਨ ਦਾ ਪ੍ਰੋਫੈਸਰਾਂ ਦਾ ਸਟੂਡੈਂਟਸ ਦਾ ਜਿਹੜਾ ਡਿਸਪੀਲਨ ਹੈ ਆਈ ਐਮ ਹਾਈਲੀ ਇਮਪ੍ਰੈਸਡ ਮੈਂ ਕਹਿੰਦਾ ਤੁਸੀਂ ਇਹ ਬਣਾਇਆ ਕਿਵੇਂ ਮੈਨੂੰ ਇਹ ਸਮਝਾਓ ਮੈਂ ਹਰ ਗੱਲ ਨੂੰ ਆਪਣੀ ਪੀ ਮੇਰਾ ਇਹ ਸਵਾਲ ਕਰਨ ਦੀ देर ਸੀ ਪਿਆਰ ਵਾਲਿਓ ਮੈਨੂੰ ਉਹ ਵਕਤ ਨਹੀਂ ਭੁੱਲਦਾ ਅੱਜ ਤੱਕ ਨਹੀਂ ਭੁੱਲਦਾ ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਸਮਾਂ ਹੈ ਉਹਦੀਆਂ ਅੱਖਾਂ ਦੇ ਵਿੱਚੋਂ ਮੈਂ ਤੁੱਪ ਕੇ ਡਿੱਗਦੇ ਥੱਲੇ ਦੇਖੇ ਇੱਕਦਮ ਉਹਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਮੈਂ ਕਿਹਾ ਸਰ ਮੈਂ ਕੁਝ ਗਲਤ ਕਹਿ ਦਿੱਤਾ ਤੁਹਾਨੂੰ ਮੈਂ ਸਿਰਫ ਇਹ ਪੁੱਛਿਆ ਤੁਸੀਂ ਕੈਂਬਰੇਜ ਦਾ ਇੰਨਾ ਵਧੀਆ ਮਾਹੌਲ ਕਿਵੇਂ ਤਿਆਰ ਕੀਤਾ ਮੈਂ ਆਪਣੇ ਪੀਓਜੀ ਵਿੱਚ ਵੀ ਚਾਹਣਾ ਏਦਾਂ ਦਾ ਮਾਹੌਲ ਉੱਥੇ ਕਿਉਂ ਨਹੀਂ ਤੁਸੀਂ ਇਹ ਕਿੱਥੋਂ ਲਿਆ ਅੱਖਾਂ ਸਾਫ਼ ਕਰਕੇ ਕਹਿੰਦਾ ਸੌਰੀ ਸੌਰੀ ਤਿੰਨ ਵਾਰੋਂ ਨੇ ਸੌਰੀ ਸੌਰੀ ਸੌਰੀ

ਮਤ ਉਹਰਤਾ ਕਰਕੇ ਸੁਣੋ ਨਾ ਉਹਦੀ ਆਪਣੀ ਜਵਾਨ ਚ ਗੱਲ ਸੋਹਣੀ ਕਹੀ ਜਾਂਦੀ ਹੈ ਕਹਿੰਦਾ ਗੱਲ 1809 ਦੀ ਹੈ ਮੈਟਕੈਲਫ ਅੰਮ੍ਰਿਤਸਰ ਉਤਰਿਆ ਅੰਮ੍ਰਿਤਸਰ ਪਹੁੰਚਿਆ ਰਣਜੀਤ ਸਿੰਘ ਨਾਲ ਇੱਕ ਸੰਧੀ ਕਰਨ ਵਾਸਤੇ ਪਹਿਲੀ ਸੰਧੀ ਬ੍ਰਿਟੇਨ ਤੇ ਇੰਡੀਆ ਦੀ ਬ੍ਰਿਟੇਨ ਦੀ ਪੰਜਾਬ ਦੀ ਇੰਡੀਆ ਤਾਂ ਉਸ ਵੇਲੇ ਇੱਕ ਵੱਖਰਾ ਦੇਸ਼ ਸੀ ਨਾ ਪੰਜਾਬ ਇੱਕ ਵੱਖਰਾ ਦੇਸ਼ ਸੀ ਕਹਿੰਦੇ ਉਸ ਸੰਧੀ ਦੇ ਵਿੱਚ ਲਗਭਗ 7 ਦਿਨ ਉਹ ਅੰਮ੍ਰਿਤਸਰ ਰਿਹਾ ਤੇ ਕੁਝ ਦਿਨ ਉਹਨੇ ਲਾਹੌਰ ਵੀ ਬਤੀਤ ਕੀਤੇ ਤੇ ਉਹ ਤਿੰਨ ਗੱਲਾਂ ਉੱਥੋਂ ਉਹਨੇ ਸਿੱਖੀਆਂ ਤੇ ਉਹ ਉਹਨੇ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਮੈਟਕੈਲਫ ਨੇ ਕਹੀਆਂ ਕਹਿੰਦਾ ਉੱਥੋਂ ਇੱਕ ਕਹਾਣੀ ਸ਼ੁਰੂ ਹੋਈ ਪਹਿਲੀ ਗੱਲ ਮੈਟਕੈਲਫ ਨੇ ਕਹੀ ਕਹਿੰਦਾ ਵੀ ਮੈਂ ਪੰਜਾਬ ਚ ਦੇਖ ਕੇ ਆਇਆ ਵੀ ਹਰ ਪਿੰਡ ਦੇ ਵਿੱਚ ਸੱਥਾਂ ਦੇ ਵੀ ਸਕੂਲਾਂ ਦੇ ਵਿਹੜਿਆਂ ਵਿੱਚ ਘੜੀਆਂ ਲੱਗੀਆਂ ਨੇ ਸੂਜੀ ਘੜੀਆਂ ਕਹਿੰਦਾ ਉਦੋਂ ਇੰਗਲੈਂਡ ਦੇ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀਗਾ ਕਹਿੰਦਾ ਤੁਹਾਡਾ ਇੱਕ ਗੋਲਡਨ ਟੈਂਪਲ ਹੈ ਉਹਦੇ ਵਿੱਚ ਟਾਈਮ ਦੇ ਹਿਸਾਬ ਨਾਲ ਮਿਊਜ਼ਿਕ ਦੀਆਂ ਮਲੜੀ ਚੇਂਜ ਹੁੰਦੀਆਂ ਨੇ ਵੱਖਰੇ ਰਾਗ ਗਾਏ ਜਾਂਦੇ ਨੇ ਘੜੀਆਂ ਸੂਰਜੀ ਲੱਗੀ ਹੋਈ ਹੈ ਉੱਤੇ ਆਪਾਂ ਅੱਜ ਵੀ ਦੇਖਦੇ ਆ ਪ੍ਰਕਰਮਾਂ ਦੇ ਖੱਬੇ ਹੱਥ ਭਾਈ ਇੱਕ ਕਾਰੀਗਰ ਸੀ ਲੈਣਾ ਸਿੰਘ ਕਾਰੀਗਰ ਕੋਈ ਅਸੀਂ ਉਹ ਇੰਜੀਨੀਅਰ ਕਹਿੰਦੇ ਆ ਇੰਜੀਨੀਅਰ ਲੈਣਾ ਸਿੰਘ ਜਿਹਨੇ ਉਹ ਘੜੀ ਉਹ ਤੋਂ ਬਣਾਈ ਤੇ ਅੱਜ ਤੱਕ ਕੁਝ ਸ਼ੋਭਿਤ ਪ੍ਰਕਰਮਾਂ ਦੇ ਖੱਬੇ ਆ ਕਹਿੰਦਾ ਉਹ ਮੈਂ ਹੈਰਾਨ ਆ ਮੈਡੀਕਲ ਕਹਿੰਦਾ ਦਿਨੇ ਤਾਂ ਸੂਰਜ ਨਾਲ ਟਾਈਮ ਦੇਖ ਲੈਂਦੇ ਨੇ ਉਹ ਰਾਤ ਨੂੰ ਟਾਈਮ ਕਿਵੇਂ ਦੇਖਦੇ ਆ ਇੱਕ ਠੀਕ ਸਮੇਂ ਤੇ ਇੱਕ ਆਵਾਜ਼ ਆਉਂਦੀ ਆ ਬੜੀ ਇਲਾਹੀ ਉਦੇ ਉਸ ਟਾਈਮ ਉਤੇ ਇਲਾਹੀ ਕੀਰਤਨ ਸ਼ੁਰੂ ਹੋ ਜਾਂਦਾ ਕਹਿੰਦਾ ਇਹ ਸਮੇ ਦੇ ਅਨੇ ਪਵੰਦ ਨੇ ਪੰਜਾਬ ਦੀਆਂ ਸੱਥਾਂ ਦੇ ਵਿੱਚ ਸਕੂਲਾਂ ਦੇ ਵਿੱਚ ਸੂਰਜੀ ਘੜੀਆਂ ਲੱਗੀਆਂ ਜਿਹੜੀ ਮੈਟਕੈਲਫ ਨੇ 1809 ਦੀ ਸੰਧੀ ਤੋਂ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਕਹੀ ਕਿ ਸਾਨੂੰ ਵੀ ਟਾਈਮ ਦੇ ਪਵੰਦ ਹੋਣਾ ਜਿਹਦਾ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਦਨਾ ਸਾਡੀ ਅੱਜ ਦੀ ਭਾਵਨਾ ਇਕੱਠੀ 11 ਵਜੇ ਆਪਾਂ ਇਹ ਸਮਾਗਮ ਸ਼ੁਰੂ ਕਰੀਏ ਆਪਾਂ ਕੀਤਾ ਸੋ ਇਹ ਮੈਟਕੈਲਫ ਨੇ ਪੰਜਾਬ ਚ 1809 ਚ ਦੇਖਿਆ ਸੀ ਦੂਸਰੀ ਗੱਲ ਮੈਟਕੈਲਫ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਦੋ ਪ੍ਰੋਜੈਕਟਸ ਤੇ ਅੰਪਾਰ ਆਫ ਪੰਜਾਬ ਦੀ ਨੂੰ ਆਪਣਾ ਦਰਬਾਰ ਖਾਲਸਾ ਕਹਿੰਦੇ ਆ ਖਾਲਸਾ ਦਰਬਾਰ ਲਾਹੌਰ ਕਹਿੰਦਾ ਇਸ ਵੇਲੇ ਉਹਦੇ ਦੋ ਮੁੱਖ ਏਜੰਡੇ ਨੇ ਉਹ ਪਤਾ ਕਿਹੜੇ ਸੀਗੇ 1809 ਦੇ ਵਿੱਚ ਮਹਾਰਾ ਰਣਜੀਤ ਸਿੰਘ ਨੇ ਆਪਣੇ ਕੈਬਨਿਟ ਤੇ ਮਤਾ ਪਾਸ ਕੀਤਾ ਸੀ ਉਹ ਸੰਧੀ ਤੋਂ ਕੁਝ ਸਮਾਂ ਪਹਿਲਾਂ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜਾ ਦੇਣਾ ਹੈ ਹਰ ਮਾਂ ਹਰ ਪਿਓ ਹਰ ਬੱਚਾ ਹਰ ਨਾਗਰਿਕ ਤੱਕ ਵਿੱਦਿਆ ਲੈ ਕੇ ਜਾਣੀ ਹੈ 1809 ਦੇ ਵਿੱਚ ਕਹਿੰਦਾ ਮੈਡੀਕਲ ਅਫਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਵੀ ਡੋਨਟ ਹੈਵ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ ਸਾਡੇ ਕੋਲ ਕੋਈ ਐਕਟ ਹੀ ਨਹੀਂ ਹੈਗਾ ਐਲੀਮੈਂਟਰੀ ਐਜੂਕੇਸ਼ਨ ਐਕਟ ਤੇ ਉਹ ਉਹ ਸ਼ੁਰੂ ਕਰ ਚੁੱਕੇ ਆ ਉੱਥੇ ਵੀ ਮਸਟ ਗੋ ਫॉर दैट ਤੀਸਰੀ ਗੱਲ ਕਹਿੰਦਾ ਮਹਾਰਾਜ ਸਿੰਘ ਦਾ ਦੂਜਾ ਪ੍ਰੋਜੈਕਟ ਇਹ ਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸ ਵਿੱਚ ਇੰਨਾ ਮਜ਼ਬੂਤ ਕਰ ਦੇਣਾ ਉਹਨੇ ਮੈਟਕਲਫ ਨੂੰ ਦੱਸਿਆ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਕਿ ਹਰ ਪਿੰਡ ਕੋਲੇ ਅਸਲਾ ਹੋਊਗਾ ਹਰ ਪਿੰਡ ਵਿੱਚ ਫੌਜ ਹੋਊਗੀ ਤੇ ਉਹ ਵੌਲੰਟੀਅਰ ਫੌਜ ਹੋਊਗੀ ਪੇਡ ਨਹੀਂ ਹੋਊਗੀ ਉਹ ਆਪਣੇ ਪਿੰਡ ਦੀ ਇੱਜ਼ਤ ਦੀ ਪੱਤ ਦੀ ਰਾਖੀ ਕਰਨ ਦੇ ਅਧਿਕਾਰ ਉਹਦੇ ਕੋਲ ਹੋਣਗੇ ਕਿ ਉਹ ਮੇਰੇ ਅਧਿਕਾਰ ਨੂੰ ਵੀ ਮੋੜ ਸਕਦੇ ਨੇ ਜੇ ਇੱਕ ਦਿਨ ਮੈਂ ਗਲਤ ਕੰਮ ਕਰ ਰਿਹਾ ਹੋਣਾ ਤੇ ਮੈਟਕਲਫ ਕਹਿੰਦਾ ਵੌਂਡਰਫੁਲ ਦਾ ਪਬਲਿਕ ਵਿ they can protect themselves they have their own decision making body kenda we don't have such kind of structure in britain we must think of that kenda eh tin gallan ohne kayian te kenda sorry kenda you started this work in 1809 kenda our records speak that by 1830 entire punjab saryan vich enni vidya 100% de lagbhag 1830 da data dasda ke punjab vich har buzurg aur tamam baap naujawan bachcha pad chukya si te kenda ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1870 ਵਿੱਚ ਇਹ ਐਕਟ ਆਇਆ ਵਿਲੀਅਮ ਫੌਸਟਰ ਨੇ ਜਿਹਨੂੰ ਐਲੀਮੈਂਟਰੀ ਐਜੂਕੇਸ਼ਨ ਐਕਟ ਕਹਿੰਦੇ ਨੇ ਅਸੀਂ 1870 ਦੇ ਵਿੱਚ ਸੋਚਿਆ ਕਿ ਹੁਣ ਸਾਰੇ ਅੰਗਰੇਜ਼ ਜਿਹੜੇ ਬੱਚੇ ਆ ਉਹਨੂੰ ਪੜਾ ਲਈਏ ਕਿਉਂਕਿ ਪਹਿਲਾਂ ਅਸੀਂ ਕਲੋਨੀਆ ਬਣਾਉਣ ਤੇ ਲੱਗੇ ਹੋ ਸੀ ਆਪਣੀਆਂ ਡਬਲਿਓ ਲੋਕਾਂ ਨੂੰ ਜਾ ਕੇ ਆਪਾਂ ਕਹਿੰਦਾ ਤੁਸੀਂ 1830 'ਚ ਇਹ ਕੰਮ ਕਰ ਲਿਆ ਸੀ ਉਹ ਜਿਉਂ-ਜਿਉਂ ਗੱਲ ਸੁਣਾਈ ਜਾ ਰਹੀ ਸੀ ਮੇਰੇ ਰੋਂਗ ਤੇ ਖੜੇ ਹੋ ਰਹੀ ਸੀ ਮੈਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਪੜਦਾ ਪਰ ਮੈਨੂੰ ਇਹ ਕਿਤੇ ਕਿਤੇ ਮੈਨੂੰ ਪੜਨ ਨੂੰ ਨਹੀਂ ਸੀ ਮਿਲਿਆ ਫਿਰ ਕਹ ਪਹਿਲਾ ਕੰਮ ਅਸੀਂ ਕੀ ਕੀਤਾ ਕਹਿੰਦਾ ਅਸੀਂ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ ਜੀ ਡਬਲਿਊ ਲੈਟਨਰ ਉਹਨੂੰ ਇਸ ਇੰਡੀਆ ਕੰਪਨੀ ਨੇ ਅਪਰੋਚ ਕੀਤਾ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ ਕੋਈ ਨੀਡ ਯੂਰ ਹੈਲਪ ਉਹ ਬੰਦਾ ਸੀ ਡਾਕਟਰ ਲੈਟਨਰ ਜਿਹੜਾ ਪੰਜਾਬੀ ਭਾਸ਼ਾ ਵਿੱਚ ਪਾਣੀ ਵਾਂਗੂ ਬੋਲਦਾ ਸੀ ਆਪਾਂ ਨੂੰ ਚਾਰ ਤੋਂ ਵੱਧ ਨਹੀਂ ਆਉਂਦੀਆਂ ਹੋਈਆਂ ਆ ਆਮ ਤੌਰ ਤੇ ਤਿੰਨ ਹੀ ਆਉਂਦੀਆਂ ਹੁੰਦੀਆਂ ਜਿਹੜਾ ਪੰਜਾਬੀ ਭਾਸ਼ਾ ਵਿੱਚ ਪਾਣੀ ਵਾਂਗੂ ਬੋਲਦਾ ਸੀ ਉਹਨੂੰ ਪੁੱਛਿਆ ਇਸ ਇੰਡੀਆ ਕੰਪਨੀ ਨੇ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਤਮ ਕਰਨਾ ਹੈ ਕਿੰਨਾ ਸਮਾਂ ਲੇਂਗਾ ਕਿੰਨੇ ਪੈਸੇ ਲੇਂਗਾ ਕਹਿੰਦਾ ਮੈ ਉਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਅਨੈਕਸੇਸ਼ਨ ਐਂਡ ਇਨ 1882 ਦੱਸਦਾ ਕਹਿੰਦਾ ਐਡਾ ਸਟਰੋਂਗ এডੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ ਸਥਾਪਿਤ ਹਰ ਮੰਦਰ ਨਾਲ ਇੱਕ ਸਕੂਲ ਹੁੰਦਾ ਸੀ ਹਰ ਮਸਜਿਦ ਨਾਲ ਇੱਕ ਸਕੂਲ ਹੁੰਦਾ ਸੀ ਹਰ ਗੁਰਦੁਆਰੇ ਨਾਲ ਇੱਕ ਸਕੂਲ ਹੁੰਦਾ ਸੀ ਕਹਿੰਦਾ ਖਾਲਸਾ ਦਰਬਾਰ ਲਾਹੌਰ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਦੰਦਾ ਜੋਂ ਤੱਕ ਨਾਲ ਸਕੂਲ ਨਹੀਂ ਸੀ ਬਣਾ ਲੈਂਦੇ ਹਿੰਦੂਆਂ ਨੂੰ ਮੰਦਰ ਬਣਾਉਣ ਦੀ ਆਗਿਆ ਉਨ ਤੱਕ ਨਹੀਂ ਸੀ ਮਿਲਦੀ ਜੋਂ ਤੱਕ ਸਕੂਲ ਨਹੀਂ ਬਣਾ ਲੈਂਦੇ ਤੇ ਸਿੱਖਾਂ ਉਹਦੇ ਗੁਰਦੁਆਰੇ ਨਹੀਂ ਸੀ ਹੁੰਦੇ ਸਿੱਖਾਂ ਦੀ ਧਰਮਸ਼ਾਲਾ ਹੁੰਦੀ ਐਡ ਐਜੂਕੇਸ਼ਨ ਸਿਸਟਮ ਕਹਿੰਦਾ ਸਰ ਥਿਸ ਇਸ ਨੋਟ ਸੋ ਸੋ ਇਜ਼ੀ ਟਾਸਕ ਕਹਿੰਦਾ 50 ਸਾਲ ਲੱਗਣਗੇ ਲੈਟਨਰ ਕਹਿੰਦਾ ਇਹਨੂੰ ਇਹਨੂੰ ਕੱਟਣ ਵਾਸਤੇ ਕਹਿੰਦਾ ਐਡਾ ਕਹਿੰਦਾ ਮੌਰ ਲ ਐਜੂਕੇਸ਼ਨ ਵਾਸ ਦਾ ਫਾਊਂਡੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ ਕਹਿੰਦਾ ਇੱਕ ਇੱਕ ਬੰਦਾ ਤੋਪ ਹੈ ਟੈਸ ਇੰਡੀਆ ਕੰਪਨੀ ਕਹਿੰਦੀ ਲੈਟਨਰ ਟੇਕ 50 ইয়ারਸ ਵੀ ਹੈਵ ਟੂ ਟੋਟਲੀ ਕ੍ਰਿਪਲ ਦਾ ਐਜੂਕੇਸ਼ਨ ਸਿਸਟਮ ਆਫ ਪੰਜਾਬ ਇਹਦੇ ਬਿਨਾ ਸਾਡੀ ਗੱਡੀ ਨਹੀਂ ਚੱਲਣੀ ਲੈਟਨਰ ਕਹਿੰਦਾ ਠੀਕ ਹੈ ਇਹ 50 ਸਾਲਾਂ ਲਈ ਮੰਨਦੇ ਹਾਂ ਤਾਂ ਮੈਂ ਰੈਡੀ ਹਾਂ ਕਿੰਗਸ ਕਾਲਜ ਲੰਡਨ ਦਾ ਉਹ ਪ੍ਰੋਫੈਸਰ ਸੀ ਮੈਂ ਉਸ ਕਾਲਜ ਵਿੱਚ ਜਾ ਕੇ ਉਹ ਤੂ ਬੈਂਦਾ ਸੀ ਉਹਨਾਂ ਪ੍ਰੋਫੈਸਰਾਂ ਨੂੰ ਮਿਲ ਕੇ ਆਇਆ ਉਹੀ ਗੋਰਾ ਮੈਨੂੰ ਉੱਥੇ ਲੈ ਕੇ ਗਿਆ ਤੇ ਉਹ ਉਹ ਜਦੋਂ ਇੱਥੇ ਉਤਰਿਆ ਤੇ ਉਹਦੀ ਕਿਤਾਬ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਐਨੈਕਸੇਸ਼ਨ ਐਂਡ ਇਨ 1882 ਇਹ ਉਸ ਕਿਤਾਬ ਦਾ ਟਾਈਟਲ ਹੈ ਤੇ ਉਹਦੇ ਵਿੱਚ ਉਹ ਸਾਰੀ ਗਾਥਾ ਨੂੰ ਲਿਖਦਾ ਉਹਨੂੰ ਪਹਿਲਾਂ ਲਾਇਆ ਗਿਆ ਆਪਣੀ ਡਿਸਟ੍ਰਿਕਟ এডੂਕੇਸ਼ਨ ਅਫੀਸਰ ਹੁੰਦਾ ਨਾ ਉਦੋਂ ਪੋਜੀਸ਼ਨ ਸੀਗੀ ਇਨਸਪੈਕਟਰ ਜਨਰਲ ਸਕੂਲਸ ਡਿਸਟ੍ਰਿਕਟ ਇਨਸਪੈਕਟਰ ਜਨਰਲ ਸਕੂਲਸ ਉਹਨੂੰ ਅੰਮ੍ਰਿਤਸਰ ਦਾ ਡਿਸਟ੍ਰਿਕਟ ਇਨਸਪੈਕਟਰ ਜਨਰਲ ਸਕੂਲ ਲਾਇਆ ਗਿਆ ਫਿਰ ਇਹੀ ਬੰਦਾ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਸ਼ੇਅਰ ਕਰਦਾ ਰਿਹਾ ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ ਉਹ ਕਹਿੰਦਾ ਮੈਂ 50 ਸਾਲਾਂ ਲਈ ਆਇਆ ਸੀ ਪਰ ਮੈਂ 33 ਸਾਲਾਂ ਵਿੱਚ ਇਹ ਕੰਮ ਨੂੰ ਪੂਰੀਆਂ ਕਰ ਲਿਆ ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ 1882 ਸੁਣ ਜਦੋਂ 1500 ਦੇ 1500 ਪੜੇ ਲਿਖੇ ਸੀ ਰਾਣੀ ਨੂੰ ਕਹਿੰਦਾ ਕਹਿੰਦਾ ਅੱਜ ਉਹਦੇ 1500 ਚੋਂ ਸਿਰਫ 11 ਬੰਦੇ ਪੜੇ ਲਿਖੇ ਨੇ ਖੁਸ਼ ਆ ਮੇਰੇ ਕੰਮ ਤੋਂ ਆਈ ਵਰਕ ਫਾਰ 33 ইয়ারਸ ਧੰਨਵਾਦ ਕਰਦਾ ਕਿ ਉਸ 858 ਚ ਮੇਰੀ ਬਹੁਤ ਮਦਦ ਕੀਤੀ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਪੰਜਾਬ ਦੇ ਘਰ-ਘਰ ਵਿੱਚ ਉਹ ਮੈਨੂੰ ਫੌਜ ਚਾਹੀਦੀ ਹੈ ਕਾਦੇ ਵਾਸਤੇ ਕਾਦੇ ਵਾਸਤੇ ਇੱਕ ਡਾਕੂਮੈਂਟ ਹੈ ਯਾ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਆ ਬੰਦੂਕਾਂ ਨੇ ਗੰਡਾਸੇ ਨੇ ਕਿਰਪਾਨਾਂ ਨੇ ਸਰਕਾਰ ਨੂੰ ਜਮ੍ਹਾਂ ਕਰਾ ਦਿਓ ਸਰਕਾਰ ਪ੍ਰਤੀ ਸ਼ਸਤਰ ਤင်း ਆਨੇ ਦਊਗੀ ਦੇヒਣਾ ਦੇ ਘਰਾਂ ਚ ਕੈਦੇ ਨੇ ప్రతి ਕੈਦਾ 6 ਹਾਨਾ ਦੇਊਗੀ ਜਮ੍ਹਾਂ ਕਰਾ ਦਊਂ ਕੈਦੇ ਦਾ ਮੁੱਲ 6 ਹਾਨੇ ਉਹਨੇ ਧੰਨਵਾਦ ਕੀਤਾ ਤੁਸੀਂ ਮੇਰੀ ਹੈਲਪ ਕੀਤੀ ਕਹਿੰਦਾ ਪੰਜਾਬ ਦੇ ਇੱਕ ਇੱਕ ਪਿੰਡ ਦਾ ਇੱਕ ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾਰ ਦੱਤੇ ਕਿ ਮੈਂ ਬੜੀ ਤੀਬਰਤਾ ਨਾਲ ਬੜੀ ਜਗਿਆਸਾ ਨਾਲ ਸੁਣ ਰਿਹਾ ਸੀ ਮੈਨੂੰ ਯਾਦ ਆ ਮੇਰੇ ਮੱਥੇ ਤੇ ਤਰੇੜੀਆਂ ਆ ਰਹੀਆਂ ਸਨ ਜਦੋਂ ਮੈਨੂੰ ਸਭ ਕੁਝ ਸੁਣਾ ਰਿਹਾ ਸੀ ਮੈਂ ਸਵਾਲ ਕੀਤਾ ਮੈਂ ਕਿਹਾ ਸਰ ਉਹਨਾਂ ਕੈਦੇਾਂ ਵਿੱਚ ਹੋ ਜਾ ਕੀ ਸੀ ਕਿ ਤੁਹਾਨੂੰ ਉਹਦਾ ਮੁੱਲ 6 ਹਾਨੇ ਰੱਖਣਾ ਪੈ ਗਿਆ ਕਹਿੰਦਾ ਡਾਕਟਰ ਸਿੰਘ ਦੋਸ ਪ੍ਰਾਈਮਰਸ ਵਾਰ ਬੇਸਡ ਔਨ ਜੁਰ ਗੁਰੂ ਗ੍ਰੰਥ ਸਾਹਿਬ though vocabulary was from shri gurgran sahib those primers for attaching each and every children whether in the muslim school six schools hindu school to gurugran sahib because gurugran sahib is a source of positivity oh keh dyan saadiya tu gallan suna reha si main ke hor kenda jada thoda oh system siga na thodi economy sigi oh anni strong sigi ਕਹਿੰਦਾ ਉਸ ਵੇਲੇ ਪੰਜਾਬ ਦੇ ਸਿੱਕੇ ਦੀ ਕੀਮਤ ਸਾਡੇ ਸਿੱਕੇ ਨਾਲੋਂ 12-13 ਗੁਣਾ ਵੱਧ ਸੀ ਇਸੇ ਕਰਕੇ ਯੂਰਪ ਦੇ ਲੋਕ ਤੁਹਾਡੇ ਉੱਥੇ ਜਾ ਕੇ ਨੌਕਰੀਆਂ ਕਰਦੇ ਸੀ ਤਰਦੇਸ ਕੇ ਖਾਲਸਾ ਦਰਬਾਰ ਵਿੱਚ ਸਾਨੂੰ ਨੌਕਰੀ ਮਿਲ ਜਾਵੇ ਇਹ ਕੀ ਸੀਗਾ ਵਾਟ ਵਾਚ ਥਿਸ ਐਡਿਟ ਸਾਡੀ ਸਟਰੋਂਗ ਇਕਨੋਮੀ ਐਡਾ ਸਾਡਾ ਜਬਰਦਸਤ ਢਾਂਚਾ ਤੇ ਪਿਆਰ ਵਾਲੀ ਆਪਣੀ ਵਿਰਾਸਤ ਦੇ ਉੱਤੇ ਮਾਣ ਕਰੀਏ ਅਸੀਂ ਇਹਨੂੰ ਮੁੜ ਸੁਰਜੀਤ ਕਰਨਾ ਹੈ